ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਇਗਨੋਰ ਕ੍ਰੀਏਸ਼ਨਸ 'ਤੇ। ਅਤੇ ਅੱਜ ਮੈਂ ਤੁਹਾਨੂੰ ਕੁਛ ਸੂਟਸ ਦਿਖਾਉਣ ਲੱਗੀ ਹਾਂ, ਜਿਹੜੇ ਹੈਂਡ ਪੇਂਟ, ਹੈਂਡ ਬਲੋਕ ਪ੍ਰਿੰਟ ਅਤੇ ਮਿਲਕੀ ਪ੍ਰਿੰਟਿੰਗ, ਇੱਦਾਂ ਦੇ ਸੂਟਸ ਨੇ। ਇਹ ਕਸਟਮਰਸ ਦੇ ਸੂਟ ਨੇ ਅਤੇ ਇਹ ਆਲਰੇਡੀ ਪੈਕ ਕੀਤੇ ਹੋਏ ਨੇ, ਅਤੇ ਅੱਜ ਹੀ ਆਪਾਂ ਨੇ ਇਹਨਾਂ ਨੂੰ ਕੋਰੀਅਰ ਕਰਵਾਉਣਾ ਹੈ। ਅਤੇ ਮੈਨੂੰ ਸੀਗਾ ਕਿ ਚਲੋ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰ ਲਵਾਂ, ਅਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇਹ ਵਾਲਾ ਸੂਟ ਹੈ ਜਿਹੜਾ, ਇਹ ਵਾਲਾ ਪਿਓਰ ਕੈਮਰਿਕ ਕੋਟਨ 'ਤੇ ਪਿਓਰ ਸ਼ਿਫੋਨ ਦੁਪੱਟਾ ਨਾਲ ਰੈਡੀ ਕੀਤਾ ਹੈ, ਅਤੇ ਮੈਂ ਓਪਨ ਨਹੀਂ ਕਰਾਂਗੀ ਸਾਰੇ, ਮੈਂ ਤੁਹਾਨੂੰ ਲਾਸਟ ਦੇ ਵਿੱਚ ਇੱਕ ਓਪਨ ਕਰਕੇ ਦਿਖਾਉਂਗੀ। ਇਹ ਵਾਲਾ ਸੂਟ ਹੈ ਜਿਹੜਾ, ਇਹ ਇੱਕ ਮੈਂ ਆਪਣਾ ਬਣਾਇਆ ਸੀਗਾ ਚੰਦੇਰੀ ਸਿਲਕ 'ਤੇ ਵਿਦ ਪਿਓਰ ਸ਼ਿਫੋਨ ਦੁਪੱਟਾ। ਇਹ ਉੱਦਾਂ ਦਾ ਹੀ ਉਹਦੇ ਨਾਲ ਦਾ ਹੀ ਕਸਟਮਰ ਨੇ ਬਣਵਾਇਆ ਹੈ, ਅਤੇ ਉਹਦੀ ਮੈਂ ਪਿੱਕ ਤੁਹਾਨੂੰ ਲਾਸਟ ਦੇ ਵਿੱਚ ਵੀਡੀਓ ਦੇ ਵਿੱਚ ਹੀ ਪਾ ਦਊਂਗੀ, ਅਤੇ ਤੁਸੀਂ ਉੱਥੋਂ ਹੀ ਦੇਖ ਸਕਦੇ ਹੋ। ਇਹ ਚੰਦੇਰੀ ਸਿਲਕ ਦੇ ਵਿੱਚ ਹੈ ਜੀ, ਲਵੈਂਡਰ ਕਲਰ 'ਚ। ਇਸ ਤੋਂ ਬਾਅਦ ਇਹ ਜੋਰਜਟ ਅਤੇ ਸੁਪਰ ਨੈੱਟ ਕੋਟਾ ਡੋਰੀਆ ਦਾ ਦੁਪੱਟਾ ਹੈ, ਵਾਈਟ ਕਲਰ 'ਚ ਆਊਗਾ ਇਹ। ਇਹਦੀ ਪਿੱਕ ਵੀ ਮੈਂ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਪਾ ਦੂੰਗੀ, ਤੁਸੀਂ ਦੇਖ ਸਕਦੇ ਹੋ। ਅਤੇ ਇਹ ਹੈਗਾ ਜੀ ਆਪਣਾ ਮਿਲਕੀ ਪ੍ਰਿੰਟਿੰਗ, ਇਹ ਉਪਾੜਾ ਸਿਲਕ 'ਤੇ ਹੈ ਜੀ, ਟੈਬੀ ਦੁਪੱਟਾ ਨਾਲ, ਟੈਬੀ ਸਿਲਕ ਦੁਪੱਟਾ। ਇਹਦੇ 'ਤੇ ਇੱਦਾਂ ਦੀ ਪ੍ਰਿੰਟਿੰਗ ਹੈ, ਇਹ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਂਗੀ। ਅਤੇ ਇਹ ਮਸਟਰਡ ਅਤੇ ਮਹਿੰਦੀ ਦੇ ਉੱਪਰ ਪੇਂਟ ਕਰਵਾਇਆ ਹੈ, ਅਤੇ ਇਹਦੇ ਨਾਲ ਆਪਣਾ ਮਸਟਰਡ ਨਾਲ ਔਰਗੈਂਜ਼ਾ ਦੁਪੱਟਾ ਹੈ, ਅਤੇ ਮਹਿੰਦੀ ਕਲਰ ਨਾਲ ਆਪਣਾ ਮਸਲੀਨ ਦਾ ਦੁਪੱਟਾ ਹੈ, ਮਸਲੀਨ ਕੋਟਨ ਦਾ। ਇਹ ਦੋਨੋਂ ਸੂਟਸ ਆਪਣੇ ਕੈਮਰਿਕ ਕੋਟਨ 'ਚ ਨੇ, ਅਤੇ ਮੈਂ ਤੁਹਾਨੂੰ ਇੱਕ ਸੂਟ ਓਪਨ ਕਰਕੇ ਦਿਖਾਉਂਗੀ। ਬਾਕੀਆਂ ਦੀਆਂ ਜਿੰਨੀਆਂ ਵੀ ਮੇਰੇ ਕੋਲ ਪਿਕਸ ਹੋਣਗੀਆਂ ਮੈਂ ਵੀਡੀਓ ਦੇ ਲਾਸਟ 'ਚ ਅਪਲੋਡ ਕਰ ਦੂੰਗੀ।